ਲੈ ਸੱਜਣੋ, ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਪਿੰਡ ਧੌਲਾ, ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ। ਧਾਲੀਵਾਲ ਡੈਅਰੀ ਫਾਰਮ ਤੇ ਪਹੁੰਚੇ ਹੋਏ ਹਾਂ ਬਾਈ ਗੁਰਪ੍ਰੀਤ ਕੋਲ। ਗਾਵਾਂ ਤੁਹਾਨੂੰ ਦਿਖਾਵਾਂਗੇ ਦੋ, ਇੱਕ ਦਿਖਾਵਾਂਗੇ ਐਚ ਐਫ ਵੱਛੀ, ਇਹ ਹੈਗੀ ਆ ਗੱਬਣਾ ਤੇ ਸਭਾ ਦੀ ਹੈਗੀ ਆ ਸੱਜਣੋ ਬਿਲਕੁਲ ਠੰਡੀ ਸੀਲ। ਬਾਕੀ ਜਿਹੜੇ ਭਰਾ ਨੂੰ ਪਸੰਦ ਆਊਗੀ ਬਾਈ ਕੋਲ ਆ ਕੇ ਨੇੜੇ ਆ ਕੇ ਪਾਸ ਕਰਕੇ ਲੈ ਜਿਓ। ਤੇ ਇੱਕ ਹੈਗੀ ਆ ਤਾਜ਼ੀ ਸੂਈ, ਜੇਰ ਇਹਦੀ ਅਜੇ ਪੈਣੀ ਬਾਕੀ ਆ, ਸੂਈ ਨੂੰ ਕੁਝ ਸਮਾਂ ਹੀ ਹੋਇਆ, ਇਹ ਵੀ ਠੰਡੀ ਸੀਲ ਹੈ ਬਿਲਕੁਲ। ਇਹਦੀਆਂ ਧਾਰਾਂ ਤੁਹਾਨੂੰ ਵੀਡੀਓ 'ਚ ਮਾਰ ਕੇ ਦਿਖਾ ਦਾਂਗੇ, ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ, ਇਕੱਲਾ ਇਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ, ਤੇ ਜਿਹੜਾ ਰੇਟ ਆ ਰੇਟ ਦੋਵਾਂ ਦਾ ਵੀਡੀਓ 'ਚ ਹੀ ਕਰਾ ਦਾਂਗੇ। ਆ ਜਾ ਸਤਾ ਦਾ, ਕੋਈ ਬਾਈ ਆ ਜਾ ਹੈ ਆ ਜਾ ਆ ਮਿਲਾਏ, ਜਾ ਆ ਜਾ ਸਵਿੰਦਰਾ ਫਿਰ। ਹੋਰ ਕਿਵੇਂ ਆ, ਬਹੁਤ ਵਧੀਆ ਵੀਰੇ, ਬਹੁਤ ਵਧੀਆ, ਚੜ੍ਹਦੀ ਕਲਾ ਬਹੁਤ ਵਧੀਆ, ਬਹੁਤ ਵਧੀਆ। ਕਿਹੜੇ ਬੰਨੇ ਕਰੀ ਸ਼ੁਰੂ ਫਿਰ? ਬਾਈ ਇਧਰੋਂ ਸੂਈ ਹੋਈ ਤਾਜੀ ਸੀ ਸੀ ਕਰਨਾ? ਤੋਂ ਕਰਦੀ ਹੈ? ਹਾਂਜੀ ਹਾਂ, ਆ ਮਾਰ ਗੈਰੀ ਇਹਦੇ ਆਰਡਰ ਤੇ ਮਾਰ ਕੈਮਰਾ, ਇੱਕ ਵਾਰੀ ਤੋਰ ਦੇ ਬਾਈ ਖੋਲ ਕੇ। ਸੂਆ ਕਿਹੜਾ ਦਾ? ਇਹਦਾ ਦੂਸਰਾ ਸੂਆ ਵੀਰੇ ਗੁਰੀ। ਸੂਆ ਦੂਜਾ ਤੇ ਆ ਗਈ ਇਹ ਸੱਜਣੋ ਕ੍ਰੋਸ ਅੰਗ ਚ। ਹਾਂ, ਜਰਸੀ ਨਾਲ ਥੋੜਾ ਜਿਹਾ ਕ੍ਰੋਸ ਅੰਗ ਚ ਪੈਂਦੀ ਹੈ ਫਿਰ। ਜਰਸੀ ਨਾਲ ਵੱਡੀ ਬੁੱਢੀ ਬਹੁਤ ਆ, ਪਰ ਕ੍ਰੋਸ ਚ ਆ ਗਈ, ਕੱਦ ਬੈਡ ਵੀ ਚੰਗਾ ਤੇ ਬਾਡੀ ਵੀ ਚੰਗੀ ਆ, ਤੇ ਜਿਹੜੇ ਹਿਸਾਬ ਨਾਲ ਇਹਦੀ ਬਾਡੀ ਆ ਉਸੇ ਹਿਸਾਬ ਨਾਲ ਇਹਦੀ ਆਰਡਰ ਕੁਆਲਿਟੀ ਆ। ਥੱਲੇ ਜੇ ਗੱਲ ਕਰ ਲਈਏ ਆਰਡਰ ਖੁੱਲਾ ਰੱਖਦੀ ਆ, ਪੂਰਾ ਥਣਾ ਦਾ ਸਾਇਜ਼ ਆ ਜਿਹੜਾ ਉਹ ਵੀ ਸੋਹਣਾ ਰੱਖਦੀ ਆ, ਹੱਥੀ ਚਵਾਈ ਵਾਲਾ ਥਣ ਲੱਗਿਆ ਤੇ ਲੱਗਿਆ ਵੀ ਫੁੱਲ ਗੈਪ ਤੇ ਆ ਪੂਰੀ ਦੂਰੀ ਤੇ। ਆਰਡਰ ਇਹਦਾ ਆ ਗਿਆ ਜਿੱਦਾਂ ਹੁੰਦਾ ਗਰਲੈਂਡੋ ਗਾਵਾਂ ਦਾ ਫੁੱਲ ਹਾਂ, ਵਾਲਾ ਆਰਡਰ ਥਣ ਹੈ। ਵੀ ਗਰਲੈਂਡੋ ਵਾਲੀ ਲੱਗਿਆ। ਹਾਂ, ਥਣ ਵੀ ਬਾਈ ਕਹਿੰਦਾ ਗਰਲੈਂਡੋ ਵਾਲਾ ਲੱਗਿਆ, ਤੇ ਚਵਾਈ ਆ ਜਿਹੜੀ, ਚਵਾਈ ਵੀ ਤੁਹਾਨੂੰ ਜ਼ਰੂਰ ਦਿਖਾ ਦੂੰਗਾ ਇਹਦੀ। ਦੁੱਧ ਰਿਐਲਟੀ ਵਾਲਾ 24-25 ਕਿਲੋ ਦਾ ਰਿਕਾਰਡ ਹੈ ਵੀਰੇ ਇਹਦਾ, ਪਹਿਲਣ ਦਾ ਪਹਿਲਣ ਦਾ। ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਵੀ ਗਰਮੀ 'ਚ ਚੱਲਣ ਵਾਲੀ ਵੈੜ ਆ। ਹਾਂ, ਗਰਮੀ 'ਚ ਜਿੱਦਾਂ ਮੌਸਮ ਗਰਮੀ ਦਾ ਨਾ, ਗਰਮੀ ਗੁਰਮੀ 'ਚ ਧੁੱਪ ਛਾਂ ਨਹੀਂ ਮੰਨਣ ਵਾਲੀ ਵੈੜ ਹੈਗੀ, ਕਿਉਂਕਿ ਕ੍ਰੋਸ ਅੰਗ 'ਚ ਆ ਗਈ। ਇੱਧਰਲੇ ਬੰਨੇ 19-20 ਇਹਨੇ ਭਾਲਾ ਥੋੜ੍ਹੀ ਜੀ, ਕਿਉਂਕਿ ਉਹ ਦੂਜਾ ਸੂਆ ਰੀਜਨਲ, ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਦੂਜੇ ਸੂਏ ਤੱਕ ਹੀ ਪਸ਼ੂ ਭਾਲ ਕਰਦਾ ਹੁੰਦਾ। ਤੇ ਸਭਾ ਦੀ ਆ ਗਈ ਠੰਡੀ ਸੀਲ, ਬਿਲਕੁਲ ਠੰਡੀ, ਜਿੱਧਰ ਵੀ ਮਰਜ਼ੀ ਬਹਿ ਕੇ ਦੇਖੀ ਹਣ ਦਾ ਜਾਵੇ। ਸਾਈਜ਼ ਵੀ ਪੂਰਾ ਜ਼ਬਰਦਸਤ ਲੱਗਿਆ। ਧਾਰਾਂ ਦਿਖਾ ਦਾਂਗੇ ਮਾਰ ਕੇ ਦੀਆਂ? ਹਾਂ, ਧਾਰਾਂ ਦਿਖਾ ਦਾਂਗੇ। ਲੈ ਮਾਰ ਦੇ ਧਾਰਾਂ ਇਹਦੀਆਂ, ਧਾਰਾਂ ਵੀ ਅਸੀਂ ਮਾਰ ਦਿਆਂਗੇ ਇਹਦੀਆਂ ਬਿਨਾਂ ਬੱਚੇ ਤੋਂ। ਤੇ ਚਵਾਈ ਤੁਹਾਨੂੰ ਸੱਜਣੋਂ ਦਿਖਾ ਦਾਂਗੇ, ਬੋਲੇ ਹੀ ਮਾਰਦੀ ਆ ਹਲੇ ਬਿਨਾਂ ਨਿਆਣੇ ਤੋਂ, ਆ ਠੰਡੀ ਸੀਲ ਆ ਉਹ ਤੁਹਾਡੇ ਸਾਹਮਣੇ ਆ। ਅਜੇ ਤਾਂ ਜਮਾਂ ਚੀਪਾਂ ਮਾਰੀ ਜਾਂਦੀ ਆ ਬਈ ਗੁਰੀ। ਆ ਬੋਲੇ ਹੀ ਮਾਰੀ ਜਾਂਦੇ, ਕਈ ਵਾਰੀ ਜਦੋਂ ਲੰਬੇ ਸਫ਼ਰ 'ਚ ਪਸ਼ੂ ਆਉਂਦਾ ਹਨਾ, ਹਾਂ ਜੀ ਹਾਂ, ਸਫ਼ਰ ਕਰਕੇ 1-2 ਦਿਨ ਅੱਗੇ ਪਿੱਛੇ ਵੀ ਸੂ ਪੈਂਦਾ, ਮਾਰਦੀ ਆ ਬੋਲਾ ਤੇ ਚਬਾਈ ਦੀ ਫੋਕੀ ਨਿਕਲੂ 100 ਦਾ 100, ਬਾਹਲੀ ਅਸਲ ਨਿਕਲੂ ਵੀਰੇ। ਉਹ ਇਹਦੇ ਥਣ ਦਾ ਸਾਇਜ਼ ਹੀ ਦੱਸਦਾ ਤੇ ਬਾਕੀ ਆਰਡਰ ਦਾ ਸਾਇਜ਼ ਦੱਸਦਾ। ਦੁੱਧ ਦਾ ਰਿਕਾਰਡ ਇਹਦਾ ਬਾਈ ਕਹਿੰਦਾ ਹੈਗਾ ਪਹਿਲਣ ਦਾ 24 ਕਿਲੋ ਦਾ, ਰਿਐਲਟੀ ਵਾਲਾ 24-25 ਕਿਲੋ ਦਾ। ਹਾਂ, 24-25 ਕਿਲੋ ਦਾ। ਤੇ ਬਾਕੀ ਤੁਹਾਨੂੰ ਪਤਾ ਵੀ ਆਪਣਾ ਕੰਮ ਹੁੰਦਾ ਤੁਹਾਨੂੰ ਟੌਪ ਤੋਂ ਟੌਪ ਦਾ ਪਸ਼ੂ ਦਿਖਾਉਣਾ, ਤੇ ਤੁਹਾਡਾ ਕੰਮ ਹੁੰਦਾ ਆਪਦੀ ਸਮਝ ਨਾਲ, ਆਪਦੀ ਜੱਜਮੈਂਟ ਨਾਲ ਤਸੱਲੀ ਕਰਕੇ ਪਸ਼ੂ ਥਣ ਖਰੀਦ। ਦੇਖ ਕੇ ਐਸਾ ਮਾਰਿਆ ਕੱਢ ਕੇ, ਹਾਂ ਥਣ ਦਿਖਾ ਦੇ ਗਹਿਰੀ ਨੇੜੇ ਲਾ ਕੇ, ਨੇੜੇ ਲਾ ਲਾ ਮਾੜਾ, ਨਾਲ ਬੱਚਾ ਆ ਗਿਆ ਤੇ ਬਾਈ ਮੇਲ ਕਾਫ, ਬੱਚਾ ਮੇਲ ਆ ਵੀਰੇ। ਆ ਬੱਚਾ ਆ ਗਿਆ ਮੇਲ ਕਾਫ, ਕੱਦ ਤੇ ਚੰਗਾ, ਵੱਡੀ ਵੱਡੀ ਛੋਟੀ ਛੋਟੀ ਨਾ ਮੰਨ ਲੈ ਵੀਰੇ, ਕੋਈ ਵੀ ਬੰਦਾ ਵੀ ਛੋਟੀ ਨਿਕਲੂ ਵੀ ਆਪਣੇ ਚੰਗਾ, ਕੋਲੇ ਆ ਕੇ ਚੜਾਈ ਵੀ ਚੰਗੀ ਆ ਉੱਤੋਂ, ਛੋਟੀ ਫੁੱਲ ਵੇਟ ਵਾਲੀ ਆ ਯਾਰ, ਵਜਨ ਵਾਲੀ ਆ ਗਈ। ਇਹਦੇ ਪੈਸੇ ਕਿੰਨੇ ਲਵਾਂਗੇ ਬਾਈ? ਪੈਸੇ ਵੀਰੇ ਮੰਗਣ ਦਾ ਜਿੰਨਾ ਮਰਜ਼ੀ ਮੰਗੀ ਜੇ, 75,000 ਰੁਪਏ ਦੀ ਦੇ ਦਾਂਗੇ, 75 ਦੀ ਦੇ ਦਾਂਗੇ, ਮਾਨਤਾਨ ਕਰ ਦਾਂਗੇ, ਕੋਈ ਨਾ ਜੋ ਮਾਨਤਾਨ ਕਰ ਦਾਂਗੇ ਵੀਰੇ। ਠੀਕ ਹੈ ਗੱਲ, ਹਾਂ ਆ 75 ਚ ਮਾਨਤਾਨ ਬਾਈ ਕਹਿੰਦਾ ਕਰ ਦਾਂਗੇ, ਤੇ ਆਰਡਰ ਰੱਖ ਦਿਆ ਫੁੱਲ ਖੁੱਲਾ, ਕਿਉਂਕਿ ਹਲੇ ਜਿੱਦਾਂ ਜਿੱਦਾਂ ਦੁੱਧ ਤੇ ਆਉਂਦਾ ਵੇਟ ਬੂਟ ਬਹੁਤ ਆ, ਪਰ ਵੈਟ ਤੇ HF ਦੇ ਜੇ ਨਾਲ ਲੇਵਾ ਹੁੰਦਾ ਨਹੀਂ ਪਤਾ ਕਿਹੜੀ ਸਾਈਡ ਹੋ ਕੇ ਖੜ ਜਾਂਦੀ। ਉਰਲੇ ਬੰਨੇ ਦਿਖਾ ਗਿਆ ਜੀ ਆਰਡਰ, ਅੱਗੇ ਪਿੱਛੇ ਦਾ ਆਰਡਰ ਦਿਖਾ ਦੇ। ਆ ਗਈ ਕ੍ਰੋਸ ਅੰਗ ਚ, ਦੁੱਧੇ ਦਾ ਮੱਝਾਂ ਵਰਗਾ ਹੋਊਗਾ, ਤੇ ਹੈਂਡ ਵਾਲਾ 5-0 ਤੋਂ ਪਲੱਸ ਮੱਝ ਤੇ ਪੈਸੇ ਨਹੀਂ ਲਾ ਸਕਦਾ। ਗੱਲ ਕਰ ਲਈਏ ਮੱਝਾਂ ਦੇ ਰੇਟ ਬਹੁਤ ਆਪਣੇ, ਉਹ ਆ ਬੈੜ ਬਾਈ ਤੋਂ ਖਰੀਦ ਸਕਦਾ, ਸੰਪਰਕ ਬਾਈ ਨਾਲ ਕਰ ਲਿਓ। ਹੁਣ ਤੋਰੀ ਇਹਨੂੰ ਮੜਾ ਜਾ, ਆ ਕੇਰਾ ਹੋਰ ਤੋਰ ਦਿਆ ਜਾ, ਤੋਰੀ ਤੋਰ ਦੇ ਜੋ ਭਰਾ, ਕੇਰਾ ਪਾਸਮੀ ਵੀ ਦਿਖਾ ਦੇਣਾ ਤੋਰ ਕੇ ਤੁਹਾਨੂੰ। ਤੇ ਉਦੋਂ ਬਾਅਦ ਤੁਹਾਨੂੰ ਇੱਕ ਦਿਖਾਵਾਂਗੇ ਗੱਬਣ ਦਾ ਤੋਹਫਾ, ਆ ਤੋਰ ਦਿਆਂ ਇਹਨੂੰ, ਤੋਰ ਦੇ ਲੰਬੀ, ਆਰਡਰ ਕੁਆਲਿਟੀ ਤੇ ਥਣ ਦਾ ਸਾਈਜ਼ ਦਿਖਾ ਦਿੰਦੇ ਗਰੀ। ਦੇਖ ਇਹਨੂੰ, ਬੱਚਾ ਹੁਣੀ ਲੱਗਿਆ ਸੀ, ਦੇਖ ਕੇ ਐਸਾ ਥਣ ਮਾਰਿਆ ਕੱਢ ਕੇ। ਕਿੰਨਾ ਕੁ ਦੁੱਧ ਪਾ ਸਕਦੀ ਆ? ਦੁੱਧ ਵੀਰੇ 25 ਕਿਲੋ, ਬੜੀ ਆਰਾਮਦਾਰੀ ਦੇ ਨਾਲ ਦੇ ਦੇਣਾ, ਬੰਦਾ ਦੁੱਧ ਲੈਣ ਵਾਲਾ ਚਾਹੀਦਾ। ਠੀਕ ਹੈ ਗੱਲ, ਕਮਾਲ ਆ ਇੱਥੋਂ ਬਾਈ, ਕਮਾਲਾ ਕਮਾਲਾ।
ਪਲਵਾਂ ਨਾਲਾ ਤੋਂ ਰਹੀ ਆ। ਠੀਕ ਹੈ ਗੱਲ ਤੇ ਆਰਡਰ ਰੱਖਦੀ ਆ ਪੂਰਾ ਖੁੱਲਾ ਚਬਾਈ ਦੀ ਪੋਖੀ ਆ ਜਮਾ 100 ਦੀ 101% ਨਿਕਲੂ ਵੀਰੇ। ਚਬਾਈ ਤੁਹਾਡੇ ਸਾਹਮਣੇ ਕਰਕੇ ਦਿਖਾਤੀ ਤੇ ਬਿਨਾ ਨਿਆਣੇ ਤੋਂ ਕਰਕੇ ਦਿਖਾਤੀ, ਬਾਕੀ ਜਿਹਨੇ ਉਰੇ ਆ ਕੇ ਪਾਸ ਕਰਨੀਆਂ ਉਰੇ ਕਰ ਲਿਓ ਤੇ ਆਨਲਾਈਨ ਮੰਗਾਉਣੀਆਂ ਕਿਸੇ ਸੱਜਣ ਨੇ ਬਾਈ ਤੋਂ ਆਨਲਾਈਨ ਵੀ ਮੰਗਾ ਸਕਦਾ। ਤੇ ਹੁਣ ਮਾਰਦੇ ਗਾ ਜੀ 2 ਨੰਬਰ ਵਾਲੀ ਤੇ ਕੈਮਰਾ, ਇਹ ਮੇਰਾ ਖਿਆਲ ਆ ਕੱਬਣ ਆ ਗਈ ਹਨਾ। ਹਾਂਜੀ ਇਹ ਬੱਚੀ ਦੂਸਰਾ ਸੂਆ ਸੂ ਰਹੀ, ਦੂਜਾ ਸੂਆ। ਹਾਂ ਇਹ ਮੂੰਹ 6 ਦਾ ਹੁੰਦਾ, ਠੰਡੀ ਆ ਸਵਾਲ ਬਾਲੀ ਠੰਡੀ ਆ, ਚਾਹੇ ਥਣ ਦਾ ਸਾਈਜ਼ ਦਿਖਾ ਦੇ, ਕੋਈ ਦਿੱਕਤ ਹੀ ਨਹੀਂ। ਲੈ ਇੱਥੋਂ ਦਿਖਾ ਦੇ, ਛੱਡੀ ਇੱਕ ਮਿੰਟ, ਇੱਥੋਂ ਥਣ ਦਾ ਸਾਈਜ਼ ਦਿਖਾ ਦੇ ਤੇ ਬਾਕੀ ਹਲੇ ਬਣਨਾ ਬੁਣਨਾ ਬਹੁਤ ਹੈ ਇਹਨੇ। ਕਾਗਜ਼ ਅਰਗਾ ਦੇ ਵਾ ਵੀਰੇ, ਧੋ ਖੋਲ ਕੇ ਨੂੰ ਵੀ ਇੱਥੇ ਹੋ ਕੇ ਉਹਨੇ ਮੰਨ ਕੇ ਚੱਲ ਸੁਣਾ। 6 ਦੰਦ ਸੂਆ ਦੂਜਾ, 6 ਦੰਦ ਮੂੰਹ ਧੋਰ ਸੂਆ ਸੋਰੀ। ਕਿੰਨੇ ਦਿਨ ਕੱਢਦੀ ਆ ਇਹ? ਹਫਤਾ ਵੀ ਲੈ ਜਾ ਸਕਦੀ ਹੈ ਜੀ, ਐ ਮੰਨ ਲਓ ਵੀ 4-5 ਦਿਨ ਵੀ ਲੈ ਜਾ ਸਕਦੀ ਹੈ। ਠੀਕ ਹੈ ਗੱਲ, ਹਾਂ ਘੱਟ ਤੋਂ ਘੱਟ ਵੀ 4-5 ਤਾਂ ਲੈ, 5 ਦਿਨਾਂ ਦਾ ਤਾਂ ਪਲੱਸ ਲੈਣੀ ਲੈਣੇ ਆ। ਤੇ ਬਾਕੀ ਗਾਵਾਂ ਦੀ ਖਾਸੀਅਤ ਤੁਹਾਨੂੰ ਸੱਜਣੋ ਇੱਕ ਹੋਰ ਦੱਸ ਦੇਣਾ ਵੀ ਜਿੱਦਾਂ ਜਿੰਨਾ ਆਡਰੇ ਨੂੰ ਹੋਣਾ ਜੇ ਇਹ ਕੱਲ ਨੂੰ ਵੀ ਸੂੰਦੀ ਆ ਜਿੰਨੀ ਪਲਾਈ ਤੁਹਾਨੂੰ ਦਿਖਾਇਆ। ਹਾਂ ਤਾਂ ਵੀ ਕੋਈ ਵਹਿਮ ਨਹੀਂ ਹੈਗਾ, ਬਰਾਬਰ ਅੱਗੇ ਪਿੱਛੇ ਦਾ ਹਵਾਨਾ ਲੈ ਕੇ ਸੁਣਾ ਇਹਨੇ। ਇਹਦਾ ਰਿਕਾਰਡ ਕੀ ਦੱਸਿਆ ਦੁੱਧ ਦਾ? ਇਹਦਾ ਵੀਰੇ 25 ਕਿਲੋ ਦਾ, ਇਹਦਾ ਵੀ ਰਿਅਲਟੀ ਦਾ ਰਿਕਾਰਡ ਆ ਜਿਹੜਾ ਦਿੱਤਾ ਹੋਇਆ ਦੁੱਧ ਨੇ ਪਹਿਲਣ ਦਾ, ਪਹਿਲਣ ਦਾ। ਹਾਂ ਠੀਕ ਹੈ ਗੱਲ, ਆ ਗਈ ਇਹ ਵੀ ਥੋੜੇ ਜਿਹੇ ਕ੍ਰੋਸ ਵਾਲੇ ਪੱਖ। ਹਾਂ HF ਨਾਲ ਥੋੜਾ ਜਿਹਾ ਕ੍ਰੋਸ ਪੈਂਦੀ ਆ, HF ਨਾਲ ਕ੍ਰੋਸ ਵਾਲੇ ਪੱਖ ਚ ਆ ਗਈ ਥੋੜਾ ਜਿਹਾ, ਕਿਉਂਕਿ ਜਿੱਦਾਂ ਦਾ ਮੌਸਮ ਹੈ ਹੁਣ ਉਦਾਂ ਦੀ ਗਾਵਾਂ ਤੁਹਾਨੂੰ ਮੈਂ ਦਿਖਾਉਣਾ ਹੁੰਦਾ। ਤੇ ਥਣ ਥੁਣ ਬਹੁਤ ਲਾਜਵਾਬ ਲੱਗਿਆ ਵੀਰੇ, ਗੁਰੀ ਥਣ ਲੱਗਿਆ ਇਹਨੂੰ, ਦੂਰਾ ਲੱਗਿਆ ਫੁੱਲ ਗੈਪ ਤੇ ਆ, ਤੁਹਾਨੂੰ ਗੱਬਣ ਦੇ ਆਲੇ ਦਾਲੇ ਵੀ ਬਹਿ ਕੇ ਵਿਖਾ ਦਿਆਂਗੇ ਆਪਾਂ, ਗੱਬਣ ਦੇ ਆਲੇ ਦਾਲੇ ਵੀ ਬਹਿ ਕੇ ਦਿਖਾ ਦਾਂਗੇ। ਬਾਡੀ ਬੁੱਡੀ ਦੀ ਬਹੁਤ ਮਜ਼ਬੂਤ ਆ ਤੇ ਬਾਡੀ ਦੀ ਚੜਾਈ ਫੁੱਲ ਰੱਖਦੀ ਆ, ਸੁਭਾਅ ਦੀ ਜਮਾ ਗੱਬਣ ਦੀ, ਚਾਹੇ ਦੋਹਾਂ ਪਾਸੇ ਬਹਿ ਜਾ ਲੈ ਜਿਵੇਂ ਮਰਜ਼ੀ ਬਹਿ ਜਾ, ਲੈ ਕੋਈ ਦਿੱਕਤ ਨਹੀਂ, ਕੋਈ ਸਿਸਟਮ ਨਹੀਂ ਹੈਗਾ। ਗਰਮ ਗੁਰਮ ਤੂੰ ਚੱਕ ਕੇ ਖੜ ਗਈ ਦੇਖ, ਗਰਮ ਗੁਰਮ ਵਾਲਾ ਸੀ ਨਹੀਂ ਲੈ, ਇੱਥੋਂ ਕਹਿੰਦੀ ਆਰਡਰ ਵੀ ਦਿਖਾ ਦਿਆ ਉਹ, ਤੇ ਜਿਵੇਂ ਆ ਚੀਜ਼ ਦਿਖਾਈ ਆ ਤੁਹਾਨੂੰ ਅਜਾ ਇੰਨੀ ਭਰਦੀ ਹੈ ਨਾ ਇੱਥੇ ਮਾਰ, ਦੁੱਧ ਵਾਲੀਆਂ ਪਾਈਪਾਂ ਪੂਪਾਂ ਬਹੁਤ ਲਈ ਆਉਂਦੀ ਆ ਵੀਰੇ, ਹੋਊਗੀ ਗਾਂ ਵਾਲੇ ਬੰਨਿਓ ਵੀ ਦਿਖਾ ਦੇ। ਆ ਦੇਖ ਨਾੜਾ ਨੂੜਾ ਦਿਖਾ, ਸਿੰਘ ਦੀ ਤਸੱਲੀ ਅੱਜ ਹਰੇਕ ਪੱਖ ਤੋਂ। ਇਹਦੇ ਪੈਸੇ ਇਹਦਾ 88,000 ਰੁਪਇਆ ਲੈ ਲਾਂਗੇ ਵੀਰੇ, ਛੋੜ ਛੱਪਾ ਕਰਦਾ ਹੈ ਕੋਈ ਗੱਲ ਨਹੀਂ, ਮੰਗਣ ਨੂੰ ਚਾਹੇ ਇਹਦਾ 95 ਮੰਗ ਲਈ ਉਹ ਵੀ ਥੋੜਾ ਹੈਗਾ, ਪਰ ਆਪਾਂ ਵਿੱਚ ਹਾਂ ਮਾਨ ਤਾਨ ਕਰਦਾ ਹੈ ਕੋਈ ਗੱਲ। ਠੀਕ ਹੈ ਗੱਲ, ਨੰਬਰ ਬੋਲ ਦਿਓ ਜੀ। ਨੰਬਰ ਆਪਣਾ ਹੈਗਾ ਵੀਰੇ 97796-21-161, 97796-21-161। ਆ ਬੱਚਾ ਮੜਿਆ ਅੱਗੇ, ਨੰਬਰ ਹੈ ਇੱਕ ਤੁਹਾਨੂੰ ਇਹ ਦਿਖਾਤੀ ਗੱਬਣ ਠੰਡੀ ਸੀਲ ਬਿਲਕੁਲ, ਤੇ ਇੱਕ ਤੁਹਾਨੂੰ ਦਿਖਾਤੀ ਤਾਜੀ ਸੂਈ ਆਰਡਰ ਦਿਖਾਤਾ ਗਰਲੈਂਡੋ ਵਾਲੀ, ਥਣ ਵੀ ਗਰਲੈਂਡੋ ਵਾਲੀ ਲੱਗੀ, ਥਣ ਵੀ ਗਰਲੈਂਡੋ ਵਾਲੀ ਆ, ਤੇ ਚਵਾਈ ਵੀ ਤੁਹਾਨੂੰ ਦਿਖਾਤੀ ਬੌਲੇ ਹੀ ਮਾਰਦੀ ਆ ਬੈਠ, ਕਈ ਵਾਰੀ ਤੁਹਾਨੂੰ ਪਤਾ ਸਫ਼ਰ 'ਚ 1-2 ਦਿਨ ਪਹਿਲਾਂ ਸੂ ਪਾਉਂਦਾ ਪਸ਼ੂ, ਤੇ ਦੁੱਧ ਬਾਈਆਂ ਦਾ ਰਿਕਾਰਡ ਦੋਵਾਂ ਦਾ ਪਹਿਲਣਾ ਦਾ 24-24 ਕਿਲੋ ਦਾ, ਬਾਕੀ ਤੁਸੀਂ ਆਪਦੀ ਜੱਜਮੈਂਟ ਨਾਲ ਖਰੀਦਣਾ ਹੁੰਦਾ ਪਸ਼ੂ ਵੀ ਆਪਣੇ ਘਰੇ 24 ਪਾ ਦੂ 30 ਪਾ ਦੂ ਜਾਂ ਆਪਾਂ ਇਹ ਤੋਂ 20 ਲੈ ਲੈ। ਹਾਂ ਦੁੱਧ ਤਾਂ ਵੀਰੇ ਖੁਰਲੀ ਨੇ ਕਢਾਉਣਾ ਹਨਾ ਆਪੋ ਆਪਣੀ, ਉਹ ਤੁਸੀਂ ਆਪਦੀ ਜੱਜਮੈਂਟ ਨਾਲ, ਇਹ ਤਾਂ ਮਸ਼ੀਨਾਂ ਨੇ ਜਿੰਨਾ ਇਹਨਾਂ 'ਚ ਪਾਲਾਂਗੇ ਉਨੀ ਕੱਟ ਲਾਂਗੇ। ਗਾਵਾਂ ਦੀ ਮੱਝਾਂ ਨਾਲ ਇੱਕ ਖਾਸੀਅਤ ਹੁੰਦੀ ਆ ਵੀ ਜੇ ਇੱਕ ਡੰਗ ਚੰਗੀ ਸੇਵਾ ਲਾ ਦੋਗੇ ਦੂਜੀ, ਬਿਲਕੁਲ ਬਿਲਕੁਲ ਬਿਲਕੁਲ, ਮੱਝਾਂ ਥੋੜਾ ਸਮਾਂ ਲੈਂਦੀਆਂ ਨੇ। ਤੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਇਹਨਾਂ ਦੋਵਾਂ ਬੈੜਾਂ 'ਚੋਂ, ਜਿਹੜੀ ਵੀ ਤੁਹਾਨੂੰ ਪਸੰਦ ਆਊਗੀ ਗੱਲਬਾਤ ਕਰਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ। ਧੰਨਵਾਦ।